ਟਾਪੇ 'ਤੇ ਪਹੁੰਚ ਗਏ। ਹੋ ਗਿਆ ਟਾਈਮ 5 ਮੋਰਨਿੰਗ, ਸਾਰੇ ਹਲਕੇ ਫਿਲਕੇ ਲਾਲ ਪੀਲੇ ਹੋ ਰਹੇ ਹਨ। ਹੁਣ ਆਪਾਂ ਅਸੀਂ ਚੱਲੇ ਹੋਏ ਹਾਂ ਪਿਛਲੀ ਰਾਤ 10 ਵਜੇ 'ਤੇ ਪਟਿਆਲੇ ਤੋਂ, ਅਤੇ ਹੁਣ ਜਾਣਾ ਆਪਾਂ ਨੇ ਡਾਇਰੈਕਟ ਜੈਪੁਰ। ਤੁਸੀਂ ਦੇਖ ਲਿਆ ਹੋਣਾ ਟਾਈਟਲ, ਟਾਈਟਲ ਤੁਸੀਂ ਦੇਖ ਲਿਆ ਹੋਣਾ ਵੀਡੀਓ ਦਾ। ਜੈਪੁਰ ਜਾਵਾਂਗੇ, ਅਜੇ ਦੋ ਢਾਈ ਘੰਟੇ ਅਜੇ ਹੋਰ ਰਸਤਾ ਪਿਆ। ਉਸ ਤੋਂ ਬਾਅਦ ਤੁਹਾਨੂੰ ਜੈਪੁਰ ਮਿਲਦੇ ਹਾਂ। ਰਸਤੇ ਤੁਸੀਂ ਥੋੜ੍ਹਾ ਬਹੁਤਾ ਸ਼ੂਟਿੰਗ ਸ਼ਾਟਿੰਗ ਥੋੜ੍ਹਾ ਜਿਹਾ ਸੀਨ ਵਗੈਰਾ ਦੇਖੋ। ਜੈਪੁਰ ਹੋਟਲ ਤੋਂ ਆਪਾਂ ਰਹਿ ਗਏ ਹਾਂ 40 ਕਿਲੋਮੀਟਰ। ਮੈਂ ਸੋਚਿਆ ਸੀ ਇੱਥੇ ਰਾਜਸਥਾਨ 'ਚ ਰੇਤਾ ਹੀ ਰੇਤਾ, ਇੱਥੇ ਤਾਂ ਪਹਾੜ ਹੀ ਬਹੁਤ ਹੈ। ਵਧੀਆ ਜਰਾ ਦੇਖੋ। River's gonna cry when you're gone. ਲੋ ਜੀ, ਹੋਟਲ ਦਾ ਪਹੁੰਚ ਗਏ ਹਾਂ। ਵਧੀਆ ਲੱਗ ਰਿਹਾ, ਪਰ ਅਸੀਂ ਥੋੜ੍ਹਾ ਜਲਦੀ ਪਹੁੰਚ ਗਏ ਹਾਂ ਤਾਂ ਕਰਕੇ ਰੂਮ ਅਜੇ ਚੈੱਕਆਊਟ ਨਹੀਂ ਹੋਏ। ਇੱਕ ਰੂਮ ਇਹਨਾਂ ਨੇ ਫੈਮਿਲੀ ਰੂਮ ਦਿੱਤਾ, ਫਿਰ ਉਹਦੇ 'ਚ ਥੋੜ੍ਹਾ ਫਰੈਸ਼ ਹੋ ਜਾਵਾਂਗੇ। ਇਹਨਾਂ ਨੂੰ ਇਹ ਕਲੀਨ ਕਰਾ ਦੇਣਗੇ। ਬਟ ਵਧੀਆ ਲੋਕੇਸ਼ਨ, ਵਧੀਆ ਪੋਸ਼ ਜੀ ਲੋਕੇਸ਼ਨ ਹੈ। ਬਾਕੀ ਦੇਖ ਕੇ ਪਤਾ ਲੱਗੂਗਾ ਜਦ ਰੂਮ 'ਚ ਪਹੁੰਚੇ। ਉਦੋਂ ਤੱਕ ਹੁਣ ਸਮਾਨ ਸਮੂਨ ਉਤਾਰਨ ਲੱਗੇ ਹਾਂ। River's gonna cry when you're gone, 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 gone. River's gonna cry when you're gone, 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 gone. River's gonna cry when you're gone, 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 gone. River's gonna cry when you're River's gonna cry when you're ਇਹ ਹੈਗਾ ਆਪਣਾ ਹੋਟਲ ਰੂਮ। ਪ੍ਰੋਪਰ ਵਿੰਟੇਜ ਸਟਾਈਲ, ਵਧੀਆ ਮੀਨਾਕਾਰੀ ਕਲਾਕਾਰੀ ਕੀਤੀ ਹੋਈ ਹੈ ਉੱਪਰ। ਦੇਖ ਸਕਦੇ ਹੋ ਪਿੱਛੇ ਪਿੰਕ ਹੈ ਸਾਰਾ। ਇਹ ਜਿਹੜੀ ਜਗ੍ਹਾ ਆਪਾਂ ਹੈਗੇ ਹਾਂ ਉਹਨੂੰ ਕਹਿੰਦੇ ਹਾਂ ਬਾਪੂ ਬਾਜ਼ਾਰ। ਇਹ ਜੈਪੁਰ ਦੀ ਓਲਡ ਸਿਟੀ ਹੈ, ਮਤਲਬ ਉਹਦੇ ਵਿੱਚ ਸਾਰੇ ਘਰ ਤੁਹਾਨੂੰ ਪਿੰਕ ਵਗੈਰਾ ਅਤੇ ਪੁਰਾਣੀ, ਜਿਵੇਂ ਆਪਣੀ ਪੁਰਾਣੀ ਦਿੱਲੀ ਆ, ਮੈਂ ਓਲਡ ਜੈਪੁਰ ਹੈ ਤਾਂ ਬਾਜ਼ਾਰ ਹੈ ਬਾਪੂ ਬਾਜ਼ਾਰ। ਹੁਣ ਆਪਾਂ ਲੱਭ ਰਹੇ ਹਾਂ ਖਾਣਾ, ਕਿਉਂਕਿ ਸਵੇਰ ਦੇ ਆਏ ਹੋਏ ਸੀ, ਸਾਰੀ ਰਾਤ ਚੱਲਦੇ ਰਹੇ, ਖਾਧਾ ਨਹੀਂ ਹੈਗਾ। ਹੁਣ ਰੈਸਟੋਰੈਂਟ ਦੇ ਵਿੱਚ ਥੋੜ੍ਹਾ ਜਿਹਾ, ਹੁਣ ਹੋਟਲ ਦੇ ਵਿੱਚ ਥੋੜ੍ਹਾ ਜਿਹਾ ਥੋੜ੍ਹੇ ਘੰਟੇ ਫਰੈਸ਼ ਜਿਹਾ ਹੋ ਕੇ ਹੁਣ ਨਿਕਲੇ ਹਾਂ। ਆਪਾਂ ਜਿਵੇਂ ਤੁਹਾਨੂੰ ਪਤਾ ਆਪਾਂ ਹੈਗੇ ਹਾਂ ਰਾਜਸਥਾਨ, ਅਤੇ ਆਪਾਂ ਆਏ ਹਾਂ ਐਂਬਰ ਫੋਰਟ, ਅਮੇਰ ਫੋਰਟ ਜਾਂ ਐਂਬਰ ਫੋਰਟ ਕਹਿ ਲਓ। ਪਿੱਛੇ ਦੇਖ ਰਹੇ ਹੋ, ਪਿੱਛੇ ਤੁਹਾਨੂੰ ਦਿਖ ਰਿਹਾ ਹੋਣਾ ਪਤਾ ਨਹੀਂ, ਕਾਫੀ ਵੱਡਾ ਫੋਰਟ ਹੈ। ਅਤੇ ਹਾਥੀਆਂ ਦੀ ਰਾਈਡ ਹੈ, ਹਾਥੀ ਲੈ ਕੇ ਉੱਪਰ ਜਾਵਾਂਗੇ ਉਹ ਉੱਪਰ ਟੋਪ 'ਤੇ। ਲੋ ਜੀ
ਆਪਾਂ ਲੈ ਰਹੇ ਹਾਂ ਹਾਥੀ ਰਾਈਡ, ਲਾਈਫ 'ਚ ਪਹਿਲੀ ਵਾਰ ਚੜ੍ਹੇ ਹਾਂ। ਆਹ ਦੇਖੋ ਪਿੱਛੇ ਡਰ ਤਾਂ ਲੱਗ ਰਿਹਾ। ਵਧੀਆ ਐਂਬਰ ਫੋਰਟ ਦੇ ਵਿੱਚ ਖੜ੍ਹੇ ਹਾਂ, ਜਿੱਥੇ ਆਪਣੀ ਆਹ ਯੋਧਾ ਅਕਬਰ ਅਤੇ ਬਾਜੀਰਾਓ ਮਸਤਾਨ ਦੀ ਵੀ ਸ਼ੂਟਿੰਗ ਹੋਈ ਹੋਈ ਹੈ। ਹਾਂ ਵੀ ਕੁਛ ਬੋਲਣਾ ਹੈ, ਗਾਈਡ ਆਪਾਂ ਨੇ ਕਰਾ ਲਿਆ, ਹੁਣ ਹੌਲੀ ਹੌਲੀ ਥੋੜ੍ਹਾ ਜਿਹਾ ਦੇਖਦੇ ਹਾਂ ਕੀ ਹੈ ਕੀ ਨਹੀਂ ਹੈ, ਅਜੇ ਤਾਂ ਕੁਛ ਕੋਈ ਪਤਾ ਵੀ ਨਹੀਂ ਸੀ ਕੀ ਹੈ। ਆਹ ਦੇਖ ਬਜ਼ਾਰਾ, ਇਧਰ ਰਾਜਾ ਇਧਰ ਔਰ ਰਾਣੀ ਇਧਰ, ਰਾਜਾ ਰਾਣੀ ਬੈਠੋ, ਆਰਮੀ ਦੀ ਕਿਸੀ ਵੀ ਤਰ੍ਹਾਂ ਦਾ ਪੇਟ ਦਾ ਮਜ਼ਾ ਲਿਆ ਕਰੋ, ਅਭੀ ਸੁਣਨੇ ਵਾਲੀ ਬਾਤ ਹੈ। ਲਓ ਜੀ ਆਪਾਂ ਫੋਰਟ ਦਾ ਸਾਰਾ ਗਾਈਡ ਨੇ ਆਪਾਂ ਨੂੰ ਘੁਮਾ ਤਾ, ਕਾਫੀ ਕਾਫੀ ਵਧੀਆ ਹੈ ਫੋਰਟ, ਅਤੇ ਇਹਦੇ ਗਾਈਡ ਨੇ ਆਪਾਂ ਨੂੰ ਕਾਫੀ ਇਹਦੀਆਂ ਦੱਸੀਆਂ ਕਿਵੇਂ ਹੈ, ਜਿਵੇਂ ਆਪਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਇੱਥੇ ਕਾਫੀ ਫਿਲਮ ਦੀ ਸ਼ੂਟਿੰਗ ਵੀ ਹੋ ਚੁੱਕੀ ਹੈ। ਹੁਣ ਅਗਰ ਮੈਂ ਤੁਹਾਨੂੰ ਥੋੜ੍ਹਾ ਜਿਹਾ ਘੁਮਾਵਾਂ ਪਿੱਛੇ ਪਿੱਛੇ ਥੋੜ੍ਹਾ ਜਿਹਾ ਦਿਖਾਵਾਂ, ਸਾਰਾ ਇੱਧਰ ਸਾਰਾ ਫੋਰਟ ਹੈ। ਹੁਣ ਆਪਾਂ ਨੀਚੇ ਜਾਵਾਂਗੇ, ਉਸ ਤੋਂ ਬਾਅਦ ਤੁਹਾਨੂੰ ਮਿਲਦੇ ਹਾਂ, ਖਾਵਾਂਗੇ ਪੀਵਾਂਗੇ। ਅਤੇ ਦਿਖ ਰਿਹਾ ਤੁਹਾਨੂੰ ਪਿੱਛੇ ਫੋਟ ਜਿਹਾ, ਇਹਦੇ ਇੱਧਰਲੀ ਸਾਈਡ ਇੱਕ ਆਪਣੀ ਖਾਣ ਵਾਲੀ ਜਗ੍ਹਾ, ਉੱਥੇ ਖਾਂਦੇ ਹਾਂ ਫਿਰ ਨਿਕਲਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਇੱਕ ਹੋਰ ਫੋਟ ਜਾਣਾ ਤੁਹਾਨੂੰ ਮੈਂ ਉੱਥੇ ਦਿਖਾਊਂਗਾ ਕਿ ਵਰਲਡ ਫੇਮਸ ਚੀਜ਼ ਆ ਉਹ, ਉੱਥੇ ਜਾਵਾਂਗੇ ਤੁਹਾਨੂੰ ਦਿਖਾਵਾਂਗੇ। ਗਰਮੀ ਬਹੁਤ ਲੱਗ ਰਹੀ ਅੱਜ, ਲੱਗਦਾ 30 ਡਿਗਰੀ ਟੈਂਪਰੇਚਰ ਹੈ। ਵਧੀਆ ਵਧੀਆ ਚੀਜ਼ਾਂ ਦੇਖਣ ਲਈ ਹੈ, ਵਧੀਆ ਆਓ। ਪਿੱਛੇ ਤੁਹਾਡੀ ਰਸੋਈ ਹੈ ਜਿੱਥੇ ਖਾਣਾ ਪੀਣਾ ਜਿਹੜੇ ਆਪਣੇ ਖਾਣਾ ਪੀਣਾ ਬਣਦਾ ਸੀ, ਅਤੇ ਕਿਹੜੇ ਪ੍ਰਕਾਰ ਦੇ ਨਾਨਾ ਪ੍ਰਕਾਰ ਦੇ ਵਿਅੰਜਨ ਬਣਾਏ ਜਾਂਦੇ ਸੀ, ਅਤੇ ਸਾਰੀ ਰਸੋਈ ਹੈ ਪਿੱਛੇ। ਆ ਪਿੱਛੇ ਸਾਰੀਆਂ ਲੇਡੀਜ਼ ਬੈਠੀਆਂ ਇੱਥੇ ਕਿੱਟੀ ਪਾਰਟੀ ਕਰ ਰਹੀਆਂ, ਸਭ ਕਿੱਟੀ ਪਾਰਟੀ ਕਰ ਰਹੀਆਂ। ਇਹ ਪੁਰਾਣੇ ਜ਼ਮਾਨੇ ਜਿਹੜੇ ਮਹਾਰਾਜਾ ਰਾਜੇ ਇਹਨਾਂ 'ਚ ਹੋਰ ਤਾਂ ਕੁਛ ਹੁੰਦਾ ਨਹੀਂ ਸੀ, ਇੱਥੇ ਆ ਕੇ ਫਿਰ ਇਹ ਕਿੱਟੀ ਪਾਰਟੀ ਕਰਦੀਆਂ ਸੀ, ਸਾਰੇ ਮਹਾਰਾਜਿਆਂ ਦੀਆਂ ਰਾਣੀਆਂ ਇਕੱਠੀਆਂ ਹੋ ਕੇ, ਸੋਰੀ ਸਾਰੇ ਮਹਾਰਾਜੇ ਨੇ ਨਹੀਂ, ਇੱਕੋ ਰਾਜੇ ਦੀਆਂ ਕਾਫੀ ਮਹਾਰਾਣੀਆਂ ਕਿੱਟੀ ਕਿੱਟੀ ਪਾਰਟੀ ਕਰ ਰਹੀਆਂ। ਪਿੱਛੇ ਤੋਪ ਦਿਖ ਰਹੀ ਹੈ, ਬਹੁਤ ਵੱਡੀ ਤੋਪ ਹੈ,
ਇਹਨੂੰ ਕਹਿੰਦੇ ਆ ਕਿ ਇਹ ਵਿਸ਼ਵ ਦੀ ਸਭ ਤੋਂ ਵੱਡੀ ਤੋਪ ਹੈ। ਕੋਈ ਕਹਿੰਦਾ ਏਸ਼ੀਆ ਦੀ ਹੈ, ਗੂਗਲ ਕਰਾਂਗਾ ਇਸ ਤੋਂ ਬਾਅਦ। ਸੀਰੀਅਸਲੀ ਬਹੁਤ ਵੱਡੀ ਹੈ, ਟਾਇਰ ਦਾ ਸਾਈਜ਼ ਬਹੁਤ ਵੱਡੀ, ਟਾਇਰ ਦੇਖੋ ਟਾਇਰ। ਹਾਂਜੀ, ਜਿਵੇਂ ਤੁਹਾਨੂੰ ਮੈਂ ਥੋੜ੍ਹੀ ਪਹਿਲਾਂ ਆਪਣੀ ਵੀਡੀਓ 'ਚ ਦੱਸਿਆ ਕਿ ਆਪਾਂ ਉਸ ਜਗ੍ਹਾ ਖੜ੍ਹੇ ਹਾਂ ਜਿੱਥੇ ਵਰਲਡ ਦੀ ਫੇਮਸ ਕੈਨਨ ਹੈ, ਤੋਪ ਜਿਹਨੂੰ ਆਪਾਂ ਕਹਿੰਦੇ ਹਾਂ। ਇਹ ਥੋੜ੍ਹਾ ਜਿਹਾ ਕੈਮਰਾਮੈਨ ਅਗਰ ਥੋੜ੍ਹਾ ਜਿਹਾ ਦਿਖਾਵੇ ਤੋਪ ਨੂੰ, ਤੁਸੀਂ ਆਹ ਤੋਪ ਦੇਖੀ ਹੈ ਜਿਹੜੀ, ਇਹ 250 ਕੁਇੰਟਲ ਦੀ ਹੈ, ਸੋਰੀ 250 ਟਨ ਦੀ ਹੈ, 250 ਟਨ ਦੀ ਹੈ। ਅਤੇ ਇਹਦੀ ਜਿਹੜੀ ਰੇਂਜ ਹੈ ਉਹ 22 ਮਾਈਲ ਹੈ, ਮੀਨਸ 35 ਕਿਲੋਮੀਟਰ ਦੀ ਰੇਂਜ ਹੈ ਇਹਦੀ। ਇੱਕ ਵਾਰ ਚੱਲੀ ਹੈ ਲਾਈਫ ਦੇ ਵਿੱਚ, ਕਿਉਂਕਿ ਇਹਨਾਂ ਨੇ ਟੈਸਟਿੰਗ ਕੀਤੀ ਸੀ ਅਤੇ ਉਸ ਤੋਂ ਬਾਅਦ ਲੜਾਈ ਨਹੀਂ ਹੋਈ ਅਤੇ ਉਹਨਾਂ ਨੇ ਤੋਪ ਚਲਾਈ ਨਹੀਂ ਹੈਗੀ। ਅਤੇ ਉਹਦੇ ਪਾਰਟਸ ਜਿਹੜੇ ਹੈ ਇੰਨੇ ਭਾਰੀ ਹੈ, ਸਾਰੇ ਡਿਫਰੈਂਟ ਪਾਰਟਸ ਦੇ ਵਿੱਚ ਇਹਨਾਂ ਨੂੰ ਉੱਪਰ ਲੈ ਕੇ ਆਏ ਹਾਂ ਇੱਥੇ। ਫਿਰ ਇਹਨਾਂ ਨੂੰ ਅਸੈਂਬਲ ਕੀਤਾ ਤੋਪ ਦੇ ਵਿੱਚ। ਬਾਕੀ ਤੁਹਾਨੂੰ ਆਹ ਦਿਖਾਉਂਦੇ ਹਾਂ, ਤੁਸੀਂ ਝੰਡੇ ਦੇਖ ਸਕਦੇ ਹੋ ਆਪਣੇ ਇੰਡੀਆ ਫਲੈਗ, ਇਹ 2 ਝੰਡੇ ਆ ਇਸ ਟਾਈਮ, ਮੀਨਸ ਆਪਣੇ। ਬਾਕੀ ਤੁਸੀਂ ਆ ਰੋਡ ਦੇਖ ਸਕਦੇ ਹੋ, ਉਹ ਪਿੱਛੇ ਰੋਡ ਹੈ, ਉਹ ਰੋਡ ਹੈਗੀ ਆ ਅਮੇਰ ਫੋਰਟ ਜਿਹੜੀ ਆਪਾਂ ਤੁਹਾਨੂੰ ਮੈਂ ਆਪਾਂ ਨੇ ਪਹਿਲਾਂ ਦਿਖਾਇਆ। ਅਮੇਰ ਫੋਰਟ ਰਾਜਾ ਜਿਹੜਾ ਇੱਥੇ ਦਾ ਹੈਗਾ ਸੀ, ਸਵਾਨ ਸਿੰਘ, ਮੀਨਸ ਉਹ ਲੜਦਾ ਇੱਥੇ ਸੀ ਇਸ ਫੋਰਟ 'ਚ, ਜੈਗੜ੍ਹ ਦੇ ਵਿੱਚ। ਅਤੇ ਜਿਹੜਾ ਉਹਦੇ ਰਿਹਾਇਸ਼ ਸੀ ਉਹ ਹੈਗੀ ਸੀ ਅਮੇਰ ਫੋਰਟ ਜਿਹੜਾ ਆਪਾਂ ਪਹਿਲਾਂ ਦੇਖਿਆ। ਇਸ ਤੋਂ ਬਾਅਦ ਆਪਾਂ ਇੱਕ ਹੋਰ ਜਗ੍ਹਾ ਜਾਣਾ ਹੈ, ਉਹ ਵੀ ਤੁਹਾਨੂੰ ਦਿਖਾਵਾਂਗੇ। ਅਤੇ ਉਦੋਂ ਤੱਕ ਦੇਖਦੇ ਰਹੋ ਵੀਡੀਓ, ਥੋੜ੍ਹਾ ਬਹੁਤੇ ਤੁਸੀਂ ਸ਼ੋਟ ਮੈਂ ਸ਼ੂਟ ਕੀਤੇ ਆ ਇੱਥੇ, ਉਹਨਾਂ ਨੂੰ ਇੰਜੋਏ ਕਰੋ। ਚਲੋ ਹਾਂਜੀ, ਪਹੁੰਚ ਗਏ ਹਾਂ ਜਲ ਮਹਿਲ, ਜਲ ਮਹਿਲ ਪਹੁੰਚ ਗਏ ਹਾਂ। ਪਿੱਛੇ ਦਿਖ ਰਿਹਾ ਜਲ ਮਹਿਲ, ਹਾਂ। ਪਰ ਇੱਕ ਗੱਲ ਇੱਥੇ ਮੈਨੂੰ ਠੀਕ ਨਹੀਂ ਕਹਿ ਸਕਦੇ ਹੋ, ਕਿਉਂਕਿ ਉੱਥੇ ਸੁਵਿਧਾ ਨਹੀਂ ਹੈ। ਮੇਨ ਜੋ ਅਟਰੈਕਸ਼ਨ ਹੈ ਉਹ ਹੈਗੀ ਆ ਜਲ ਮਹਿਲ, ਉਹ ਬਣੀ। ਹੁਣ ਜਲ ਮਹਿਲ ਜੇ ਆਪਾਂ ਜਾ ਹੀ ਨਹੀਂ ਸਕਦੇ ਉੱਥੇ, ਤਾਂ ਫਿਰ ਫਾਇਦਾ ਕੀ ਹੈ। ਬਾਕੀ ਹੋਰ ਸੁਣਨੇ 'ਚ ਆਇਆ ਵੀ ਜਿੰਨਾ ਵੀ ਜੈਪੁਰ ਦਾ ਪਾਣੀ ਹੈ, ਸਾਰਾ ਗੰਦਾ ਪਾਣੀ ਉਹ ਇੱਥੇ ਹੀ ਆਉਂਦਾ ਹੈ। ਥੋੜ੍ਹੀਆਂ ਚੀਜ਼ਾਂ ਆਪਾਂ ਨੂੰ ਸੋਚਣੀਆਂ ਚਾਹੀਦੀਆਂ, ਨਾ ਆਪਾਂ ਪੋਲਿਊਸ਼ਨ ਹੋ ਗਿਆ, ਗੰਦਗੀ ਹੋ ਗਈ, ਇਹਨੂੰ ਥੋੜ੍ਹਾ ਜਿਹਾ ਆਪਾਂ ਆਪਣੇ ਕੰਟਰੀ ਨੂੰ ਹੋਰ ਸੁਧਾਰ ਸਕਦੇ ਹਾਂ। ਪਿੱਛੇ ਹੈਗਾ ਹਵਾ ਮਹਿਲ, ਐਕਚੁਲੀ ਅਸੀਂ ਕੱਲ੍ਹ ਆ ਗਏ ਸੀ ਇੱਥੇ, ਬਟ ਫੋਰ ਸਮ ਰੀਜ਼ਨ ਆਪਾਂ ਵੀਡੀਓ ਨਹੀਂ ਬਣਾ ਸਕੇ। ਬੜਾ ਪਿੱਛੇ ਹਵਾ ਮਹਿਲ ਹੈ, ਇਹਦੇ ਅੰਦਰ ਵੀ ਤੁਸੀਂ ਜਾ ਸਕਦੇ ਹੋ। ਇਹ ਬੇਸਿਕਲੀ ਰਾਣੀਆਂ ਲਈ ਆ, ਰਾਣੀਆਂ ਇੱਥੋਂ ਬਾਹਰ ਦੇਖਦੀਆਂ ਸੀਗੀਆਂ, ਹੁਣ ਕੀ ਦੇਖਦੀਆਂ ਸੀਗੀਆਂ ਇਹ ਮੈਨੂੰ ਪਤਾ ਨਹੀਂ ਹੈਗਾ। ਇਹ ਹੈਗਾ ਚੋਰੀ ਬਾਜ਼ਾਰ, ਚੋਰੀ ਸਾਰੀਆਂ ਜੁਐਲਰਸ ਉੱਧਰ ਸਾਹਮਣੇ ਸ਼ੋਪਸ। ਇਹ ਹੈਗਾ ਬਾਪੂ ਬਾਜ਼ਾਰ, ਹੁਣ ਇਹ ਨਾਮ ਨਹੀਂ ਮੈਨੂੰ ਪਤਾ ਕਿਵੇਂ ਪਿਆ, ਬਟ ਇਹਨੂੰ ਬਾਪੂ ਬਾਜ਼ਾਰ ਕਹਿੰਦੇ ਆ।
लोग आए हैं, कला की कदर करेंगे, मुश्किल को आसान करके दिखाएंगे। हाँ जी, आप चाकू दानी राजस्थान थाली, मतलब राजस्थान ट्रेडिशन का फूड आप खा लिया। मेरा तो बुरा हो गया, मिर्चा खा, बट बहुत ज़्यादा इंजॉय किया जयपुर का ट्रिप। दो दिन अभी रहे हैं, कल सी तो अज। कल सवेरे अपन निकलना है किसी होर जगह, वो बारे नेक्स्ट वीडियो। उदो तक तुम इंजॉय करो, दिन चुकनी रात चुकनी तरक्की करो, वो फुलो, तो उदों तक रब रखा। बाकी जी वीडियो वधिया लगती है तो सबसक्राइब कर दो, जो नहीं लगती है तो भी कर दोगे तो कोई गल नहीं, कमेंट पा दियो की चीज़ बधाई सकती है। उदों तक रब रखा, सत श्री अकाल सारे।